ਮਾਵਾਂ ਧੀਆਂ ਦੇ ਰਿਸ਼ਤੇ ਨੂੰ ਲੈ ਕੇ ਉਹਨਾਂ ਦੀ ਆਪਸੀ ਸਾਂਝ ਤੇ ਮਿਸਾਲ ਕਈ ਥਾਵਾਂ ਤੇ ਤੁਸੀਂ ਦੇਖੀ ਹੋਏਗੀ। ਪਰ ਇਹਨਾਂ ਮਾਵਾਂ ਧੀਆਂ ਦੀ ਤਾਂ ਵੱਖਰੀ ਹੀ ਗੱਲ ਹੈ, ਜਿਨ੍ਹਾਂ ਨੇ ਇਕੱਠਿਆਂ ਨੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਜੀ ਹਾਂ, ਇਸ ਮਾਂ ਨੇ ਆਪਣੀ ਧੀ ਦੇ ਨਾਲ ਹੀ ਕਾਲਜ 'ਚ ਦਾਖਲਾ ਲੈ ਕੇ ਡਿਗਰੀ ਪੂਰੀ ਕੀਤੀ ਹੈ ਤੇ ਉਧਰ ਧੀ ਨੇ ਵੀ ਆਪਣੀ ਮਾਂ ਦੇ ਨਾਲ ਮਿਲ ਕੇ ਪੜ੍ਹਾਈ ਪੂਰੀ ਕਰਦਿਆਂ ਡਿਗਰੀ ਪੂਰੀ ਕੀਤੀ ਹੈ। ਜਲੰਧਰ ਦੇ ਵਿੱਚ ਹੀ ਇਹ ਰਹਿਣ ਵਾਲੀਆਂ ਮਾਵਾਂ ਧੀਆਂ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਇਕੱਠਿਆਂ ਹੀ ਮੁਕੰਮਲ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਛੋਟੀ ਉਮਰ ਦੇ ਵਿੱਚ ਹੀ ਵਿਆਹ ਹੋ ਗਿਆ ਸੀ, ਜਿਸ ਦਾ ਨਾਮ ਮਨਪ੍ਰੀਤ ਹੈ, ਅਤੇ ਇਸ ਦੀ ਧੀ ਵੀ ਬਚਪਨ ਤੋਂ ਹੀ ਨੇਤਰਹੀਨ ਸੀ। ਇੱਧਰ ਮਾਂ ਵੀ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਸੀ ਕਿਉਂਕਿ ਛੋਟੀ ਉਮਰ 'ਚ ਵਿਆਹ ਹੋ ਗਿਆ ਤਾਂ ਧੀ ਦੇ ਵੀ ਨੇਤਰਹੀਨ ਹੋਣ ਕਾਰਨ ਉਸਦੇ ਪੜ੍ਹਨ 'ਚ ਕਾਫ਼ੀ ਦਿੱਕਤਾਂ ਆਈਆਂ। ਇੱਕ ਵਾਰ ਤਾਂ ਇਸ ਮਾਂ ਨੇ ਹਾਰ ਵੀ ਮੰਨ ਲਈ, ਪਰ ਆਪਣੀ ਧੀ ਦੀ ਪੜ੍ਹਾਈ ਪੂਰੀ ਕਰਨ ਲਈ ਮਾਂ ਨੇ ਬ੍ਰੇਲ ਭਾਸ਼ਾ ਸਿੱਖੀ ਅਤੇ ਆਡੀਓ ਬੁੱਕਸ ਬਣਾਉਣੀਆਂ ਸ਼ੁਰੂ ਕੀਤੀਆਂ। ਮਾਂ ਮਨਪ੍ਰੀਤ ਅਤੇ ਬੇਟੀ ਗੁਰਲੀਨ ਕੌਰ, ਜਿਸ ਦੀ ਉਮਰ 25 ਸਾਲ ਹੈ, ਦੋਵਾਂ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਤੋਂ ਹਿਊਮੈਨਿਟੀਜ਼ ਦੀ ਡਿਗਰੀ ਹਾਸਲ ਕੀਤੀ ਹੈ। ਮਨਪ੍ਰੀਤ ਦੇ ਪਤੀ ਸੁਖਵਿੰਦਰ ਸਿੰਘ ਪੇਂਟ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ। ਮਨਪ੍ਰੀਤ ਨੇ ਦੱਸਿਆ ਕਿ ਉਸਦਾ ਵਿਆਹ 18 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ, ਜਿਸ ਕਾਰਨ ਉਹ ਆਪਣੀ ਉਮਰ ਦੇ ਹਿਸਾਬ ਨਾਲ ਪੜ੍ਹਾਈ ਨਹੀਂ ਕਰ ਸਕੀ। ਪਰ ਜਦੋਂ ਧੀ ਗੁਰਲੀਨ ਕੌਰ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਦੇ ਵਿੱਚ ਦਾਖਲਾ ਲਿਆ ਤਾਂ ਇਸ ਦੌਰਾਨ ਮਨਪ੍ਰੀਤ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਨ ਦੀ ਇੱਛਾ ਜ਼ਾਹਰ ਕੀਤੀ। ਮਨਪ੍ਰੀਤ ਨੇ ਕਿਹਾ ਕਿ ਮੇਰੀ ਬੇਟੀ ਦੇ ਨਾਲ ਪੜ੍ਹਾਈ ਕਰਨ ਦਾ ਇਹ ਸਹੀ ਸਮਾਂ ਸੀ। ਦੋਵਾਂ ਮਾਵਾਂ ਧੀਆਂ ਨੇ ਇਕੱਠੇ ਕਾਲਜ 'ਚ ਦਾਖਲਾ ਲਿਆ ਅਤੇ ਇਕੱਠਿਆਂ ਹੀ ਡਿਗਰੀ ਪੂਰੀ ਕੀਤੀ ਹੈ।